ਇਹ ਜੋ ਤੁਸੀਂ ਬੱਕਰੀ ਦੇਖਦੇ ਹੋ ਇਸ ਦਾ ਨਾਮ ਆਈਸਬੈਕਸ ਗੋਟ ਹੈ, ਜਿਸ ਤੇ ਗ੍ਰੈਵਿਟੀ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਇਹ ਕਿਤੇ ਵੀ ਚੜ ਸਕਦੀ ਹੈ। ਇਹ ਬੱਕਰੀ ਸਿੱਧੇ ਪਹਾੜਾਂ ਤੇ ਆਸਾਨੀ ਨਾਲ ਚੜ ਸਕਦੀ ਹੈ ਤੇ ਇਹ ਬੱਕਰੀ ਖਾਣ ਲਈ ਅਤੇ ਸ਼ਿਕਾਰੀਆਂ ਤੋਂ ਬਚਣ ਲਈ ਸਿੱਧੇ ਪਹਾੜਾਂ ਤੇ ਚੜਦੀਆਂ ਨੇ। ਇਸ ਤੋਂ ਇਲਾਵਾ ਇਹ ਬੱਕਰੀਆਂ ਪਹਾੜ ਤੇ ਨਮਕ ਚੱਟਣ ਵੀ ਜਾਂਦੀਆਂ ਨੇ ਜੋ ਕਿ ਇਹਨਾਂ ਨੂੰ ਜ਼ਿੰਦਾ ਰੱਖਣ ਵਿੱਚ ਬਹੁਤ ਮਦਦਗਾਰ ਹੈ। ਜਿੰਨੀ ਆਸਾਨੀ ਨਾਲ ਆਪਾਂ ਧਰਤੀ ਤੇ ਚੱਲ ਸਕਦੇ ਹਾਂ ਉਨੀ ਆਸਾਨੀ ਨਾਲ ਇਹ ਪਹਾੜਾਂ ਤੇ ਚੱਲ ਸਕਦੀਆਂ ਨੇ। ਇਸ ਤਰ੍ਹਾਂ ਪਹਾੜਾਂ ਤੇ ਚੜ ਕੇ ਇਹ ਖੂੰਖਾਰ ਜਾਨਵਰਾਂ ਤੋਂ ਬਚ ਜਾਂਦੀਆਂ ਨੇ ਪਰ ਇਹਨਾਂ ਤੋਂ ਨਹੀਂ ਬਚ ਸਕਦੀਆਂ। ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ।